ਵਾਹਿਗੁਰੂ 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 ਵਾਹਿਗੁਰੂ। ਉਮੀਦ ਕਰਦੇ ਹਾਂ ਆਪ ਜੀ ਠੀਕ ਹੋਵੋਗੇ। ਅੱਜ 8 ਤਰੀਕ ਹੋ ਗਈ ਆ, ਸਵੇਰ ਦਾ ਸਮਾਂ ਤਕਰੀਬਨ 8 ਕੁ ਵਜੇ ਦਾ ਹੀ। ਤਿਆਰੀਆਂ ਹੋ ਚੁੱਕੀਆਂ ਆਪਣੇ ਕਾਰਜ ਦੀਆਂ, ਔਰ ਕੱਲ੍ਹ ਸਵੇਰ ਅੰਮ੍ਰਿਤ ਵੇਲੇ 2 ਵਜੇ ਤੋਂ ਸ਼ੁਰੂਆਤ ਹੋ ਜਾਣੀ ਆ। ਅੱਜ ਮੈਂ ਇਸ ਆਸਮਾਨ ਨੂੰ ਜੁਲਾਈ ਮਹੀਨੇ ਦੇ ਵਿੱਚ ਆਖਰੀ ਵਾਰ ਇਸ ਸੂਰਜ ਨੂੰ ਵੇਖ ਰਿਹਾ ਹਾਂ। ਹੁਣ ਸਿੱਧਾ ਇਸ ਖੁੱਲ੍ਹੇ ਆਸਮਾਨ ਨੂੰ, ਇਹਨਾਂ ਦਰੱਖਤਾਂ ਨੂੰ, ਇਸ ਵਾਤਾਵਰਨ ਨੂੰ, ਇਹਨਾਂ ਆਸ ਪਾਸ ਦੇ ਘਰਾਂ ਨੂੰ, ਆਪਣੇ ਇਸ ਘਰ ਨੂੰ, ਗੁਰਦੁਆਰਾ ਸਾਹਿਬ ਨੂੰ ਲੰਮੇ ਸਮੇਂ ਬਾਅਦ ਵੇਖਾਂਗੇ। ਸਾਰੇ ਚਲੋ ਆਪ ਜੀ, ਆਪ ਜੀ ਸਾਡੀ ਇਸ ਯਾਤਰਾ ਦੀ ਸਫਲਤਾ ਵਾਸਤੇ, ਸਾਡੀ ਇਸ ਯਾਤਰਾ ਜਿਹੜੀ ਸਫਲ ਹੋਵੇ ਅਤੇ ਅਰਦਾਸ ਕਰਿਓ ਸਾਡੀ ਚੜ੍ਹਦੀ ਕਲਾ ਦੀ। ਆ ਜਾਵਾਂਗੇ ਵਾਪਸ ਅਤੇ ਕੱਲ੍ਹ ਨੂੰ ਅੰਮ੍ਰਿਤ ਵੇਲੇ ਤੋਂ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਹਮੇਸ਼ਾ ਨਾਲ ਹਾਂ ਔਰ ਆਪ ਜੀ ਸਦਾ ਸਾਡੇ ਨਾਲ ਹੋ, ਹਮੇਸ਼ਾ ਤੁਸੀਂ ਸਾਡੇ ਮਨ ਵਿੱਚ ਹੋ। ਵਾਹਿਗੁਰੂ ਵਾਹਿਗੁਰੂ। ਹਾਂ ਉਹ ਕਰ ਦਿੰਦੇ ਹਾਂ। ਸਵੇਰ ਦਾ ਸਮਾਂ, ਅੱਜ ਅਸੀਂ ਸਾਰੀਆਂ ਤਿਆਰੀਆਂ ਹੈ ਆਪਣੇ ਉਸ ਯਾਤਰਾ 'ਤੇ ਜਾਣ ਦੀਆਂ। ਆਪ ਜੀ ਨੂੰ ਤਾਂ ਪਤਾ ਹੈ, ਆਪ ਜੀ ਸਮਝ ਸਕਦੇ ਹੋ ਜਿਹੜੇ ਸਾਡੇ ਨਾਲ ਆਪ ਜੀ ਜੁੜੇ ਹੋ। ਵੈਸੇ ਪਰਮਾਤਮਾ ਨੇ ਠੰਡ ਕਰੀ ਹੋਈ ਆ ਅਤੇ ਸਾਨੂੰ ਆਸ ਹੈ ਉਹਨੇ ਸਾਡੀ ਇਹਨਾਂ ਭੱਖਦੀਆਂ ਹੋਈਆਂ ਜ਼ਿੰਦਗੀਆਂ ਦੇ ਵਿੱਚ ਵੀ ਜ਼ਰੂਰ ਠੰਡ ਵਰਤਾਉਣੀ ਹੈ। ਜੈ ਪਦਮਾਵਤੀ। ਚੜ੍ਹਦੀ ਕਲਾ 'ਚ ਰਹਿਣਾ ਹੈ ਆਪ ਜੀ ਨੇ, ਠੀਕ ਰਹਿਣਾ ਹੈ, ਤੰਦਰੁਸਤ ਰਹਿਣਾ ਹੈ। ਇਹ ਸ਼ਾਇਦ ਅੱਜ ਇਹ ਵੀਡੀਓ ਜਿਹੜੀ ਪਾ ਰਹੇ ਹਾਂ, ਅੱਜ ਦੀ ਤਰੀਕ ਤੋਂ ਬਾਅਦ ਇਸ ਚੈਨਲ 'ਤੇ ਵੀਡੀਓ ਉਨਾ ਸਮਾਂ ਨਹੀਂ ਪਵੇਗੀ, ਕਿਉਂਕਿ ਆਪ ਜੀ ਬਸ ਤੰਦਰੁਸਤ ਰਹੋ, ਠੀਕ ਰਹੋ, ਮਹਾਰਾਜ ਜੀ ਦੀ ਮੌਜ ਵਿੱਚ, ਉਹਨਾਂ ਦੇ ਆਨੰਦ ਵਿੱਚ। ਹੁਣ ਵੀਡੀਓ ਪਾਵਾਂਗੇ ਉਸ ਯਾਤਰਾ ਤੋਂ
ਬਾਅਦ ਉਸ ਯਾਤਰਾ ਤੋਂ ਬਾਅਦ ਵੀਡੀਓ ਫਿਰ ਪਾਇਆ ਕਰਾਂਗੇ। ਉਨਾ ਸਮਾਂ ਲੰਮਾ ਸਮਾਂ ਇਸ ਲੰਮੇ ਸਮੇਂ ਦੇ ਵਿੱਚ ਕੋਈ ਵੀ ਵੀਡੀਓ ਨਹੀਂ ਪਏਗੀ। ਅਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਆਪ ਜੀ ਨੇ ਠੀਕ ਰਹਿਣਾ ਹੈ, ਖੁਸ਼ ਰਹਿਣਾ ਹੈ। ਵਾਹਿਗੁਰੂ 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 ਵਾਹਿਗੁਰੂ।